ਜੀ ਆਹ ਬੋਰਡ ਲਿਆ ਆਪਾਂ ਨੇ 3x1.5 ਦਾ ਹੋਊਗਾ ਮੈਨੂੰ ਲੱਗਦਾ ਇਹਦੇ ਉੱਪਰ ਆਪਾਂ ਲਿਖਾਂਗੇ ਪੰਜਾਬੀ ਵਿੱਚ ਜੀ ਆਇਆਂ ਨੂੰ ਪੰਜਾਬੀ 'ਚ ਲਿਖਾਂਗੇ ਅਤੇ ਜੀ ਆਇਆਂ ਨੂੰ ਕਿਸੇ ਫੇਸਬੁੱਕ 'ਤੇ ਵੀਰ ਨੇ ਕਿਸੇ ਨੇ ਮੈਸੇਜ ਭੇਜਿਆ ਸੀ ਕਹਿੰਦਾ ਵੀਰ ਉਹ ਪੇਂਟਰ ਆ ਭਰਾ ਕੋਈ ਕਹਿੰਦਾ ਆਪਾਂ ਨੂੰ ਥੋੜ੍ਹਾ ਪੰਜਾਬੀ ਘੱਟ ਆਉਂਦੀ ਹੈ ਕਹਿੰਦਾ ਭਰਾ ਜੀ ਜੀ ਆਇਆਂ ਨੂੰ ਲਿਖਣਾ ਹੈ ਅਤੇ ਪੰਜਾਬੀ 'ਚ ਜੀ ਆਇਆਂ ਨੂੰ ਕਿੱਦਾਂ ਲਿਖਿਆ ਜਾਊਗਾ ਕਹਿੰਦਾ ਵੀਡੀਓ ਬਣਾ ਕੇ ਭੇਜੀ ਉਹ ਅਤੇ ਆਪਾਂ ਹੁਣ ਇਹਦੇ ਉੱਪਰ ਲਿਖਣ ਲੱਗਿਆ ਜੀ ਆਇਆਂ ਨੂੰ ਅਤੇ ਪੰਜਾਬੀ ਵਿੱਚ ਆਪਾਂ ਭਰਾ ਦੀ ਕਰਦੇ ਹਾਂ ਮਦਦ ਅਤੇ ਪੰਜਾਬੀ ਵਿੱਚ ਲਿਖਦੇ ਹਾਂ ਆਪਾਂ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਧਾਗਾ ਯਾਨੀ ਕਿ ਆਪਣੀ ਲਾਈਨ ਜੋ ਹੈ ਨਾ ਸਿੱਧੀ ਜਾਵੇ ਸਭ ਤੋਂ ਪਹਿਲਾਂ ਲਿਖਦੇ ਹਾਂ ਆਪਾਂ ਜੀ ਜੀ ਲਓ ਜੀ ਪਹਿਲਾਂ ਲਾਓ ਸਿੱਧੀ ਲਾਈਨ ਜਿਹੜੀ ਉਤਲੀ ਲਾਈਨ ਹੈ ਉਹ ਤੋਂ ਥੱਲੇ ਰੱਖੋ ਪੁਆਇੰਟ ਕੱਢ ਲੈਣੇ ਹੁਣ ਇੱਧਰਲਾ ਪੁਆਇੰਟ ਥੋੜ੍ਹਾ ਜਿਹਾ ਟੇਢਾ ਲਿਖ ਜਾਣਾ ਐਵੇਂ ਕੀ ਬਣਦਾ ਜੱਜਾ ਆਪਾਂ ਨੇ ਲਾਣੀ ਇਹਦੇ ਬਿਹਾਰੀ ਪਹਿਲਾਂ ਚੋ ਸਿੱਧੀ ਲਾਈਨ ਬਣਾਇਆ ਪੁਆਇੰਟ ਪਿਛਲੇ ਪਾਸੇ ਬਣ ਗਈ ਬਿਹਾਰੀ ਹੁਣ ਆਪਾਂ ਪਾਉਂਦੇ ਹਾਂ ਆੜਾ ਜੀ ਆਪਣਾ ਲਿਖਿਆ ਗਿਆ ਹੁਣ ਪਾਉਂਦੇ ਹਾਂ ਆਪਾਂ ਆੜਾ
ਪਹਿਲਾਂ ਥੋੜ੍ਹੀ ਜਿਹੀ ਲੈਣ ਇੱਦਾਂ ਖਿੱਚੋ ਖਿੱਚ ਕੇ ਥੋੜ੍ਹਾ ਜਿਹਾ ਟੇਢੀ ਲੈ ਜਾਓ ਆਹ ਲੈਣ ਜਿਹੜੀ ਮੋਟਲੀ ਹੈ ਆੜੇ ਵਾਲਾ ਇਹਦੇ ਇਹਨੂੰ ਇੱਥੋਂ ਵਿਚਾਲੇ ਚੱਕੋ ਥੰਨੇ ਘੁਮਾਓ ਅਤੇ ਦੂਜੀ ਲੈਣ ਲੈਣੀ ਆਪਾਂ ਨੂੰ ਦੂਜੀ ਲੈਣ ਅਤੇ ਨਾਲ ਨਾਲ ਇਹ ਥੋੜ੍ਹੀ ਇਹਦੇ ਵੱਡੇ ਇਹਨੂੰ ਗੁਲਾਈ ਦੇ ਦਿਓ ਬਣ ਗਿਆ ਆਪਣਾ ਆੜਾ ਬਣ ਗਿਆ ਆਪਣਾ ਆੜਾ ਲੈ ਇਹਨਾਂ ਦੇ ਵਿੱਚ ਆਪਣੀ ਆੜੇ ਦਾ ਕੰਨਾ ਵੀ ਆ ਗਈ ਅਤੇ ਚੂੜੀ ਵੀ ਆ ਜਾਵੇ ਅਤੇ ਆਪਣੀ ਸੁਧਾਰੀ ਵੀ ਆ ਗਈ ਉਹਦੇ ਹਿਸਾਬ ਨਾਲ ਲਾਣੀਆਂ ਲੈਣ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆ ਜਾਓ ਥੋੜ੍ਹੀ ਜਿਹੀ ਅੱਗੇ ਹੋਰ ਲੈਣ ਵਧਾ ਕੇ ਬਰਾਬਰ ਇੱਕਦਮ ਸਿੱਧੀ ਜਾਵੇ ਈਡੀ ਨੂੰ ਬਣਾਉਣ ਲੱਗੇ ਪਹਿਲਾਂ ਸਿੱਧੀ ਲਾਈਨ ਖਿੱਚ ਲਓ
ਥੋੜੀ ਜੀ ਖਿਚਲੀ, ਇੱਥੋਂ ਪੁਆਇੰਟ ਚੱਕੋ, ਪੁਆਇੰਟ ਚੱਕ ਕੇ ਇਹਨੂੰ ਐਂ ਘੁਮਾਉਣਾ, ਹੌਲੀ ਹੌਲੀ ਗਲਾਈ ਦੇਣੀ ਹੈ, ਇਹਨੂੰ ਸਿੱਧਾ ਉਰੇ ਆ ਕੇ ਸਿੱਧਾ ਕਰ ਲੈਣਾ, ਇਹਨੂੰ ਇਹਦੇ ਨਾਲ ਮਿਲਾ ਦੇ। ਹੁਣ ਇੱਥੋਂ ਪੁਆਇੰਟ ਚੱਕਣਾ, ਉਸ ਨੂੰ ਇੱਥੇ ਲਿਆ ਕੇ ਇੱਥੇ ਆਹ ਜਿਹੜਾ ਕੁੰਜਾ ਨਾ, ਆਹ ਕੁੰਜਾ ਇਹਦਾ ਨੁੱਕਰ ਬਣਾਉਣੀ ਹੈ, ਕੁੰਜਾ ਇਹਨੂੰ ਇੱਥੋਂ ਐਂ ਗਲਾਈ ਦੇਣੀ, ਇੱਥੇ ਲਿਆ ਕੇ ਖਤਮ ਕਰਤਾ। ਅੱਖਰ ਦੀ ਬਣਾਵਟ, ਅੱਖਰ ਦੀ ਸਫਾਈ ਲਿਆਉਣ ਦੀ ਕੋਸ਼ਿਸ਼ ਕਰੇ। ਇਹਨੂੰ ਤੇ ਇਹਨੂੰ ਲੈਣ ਨੂੰ ਤੇ ਇਹਨੂੰ ਮਿਲਾ, ਪਹਿਲਾਂ ਟੈਂਕਾ ਬਣਿਆ ਹੋਇਆ ਸੀ, ਹੁਣ ਬਣ ਗਈ ਇਹ ਚੀਜ਼। ਠੀਕ ਹੈ ਜੀ, ਇਹ ਬਣ ਗਈ ਆਈ। ਹੁਣ ਦੁਬਾਰਾ ਫਿਰ ਆਪਾਂ ਨੇ ਆੜਾ ਪਾਉਣਾ, ਪਹਿਲਾਂ ਦੀ ਤਰ੍ਹਾਂ ਆੜੇ ਦੀ ਪਹਿਲੀ ਲਾਈਨ ਐਨ ਥੋੜ੍ਹੀ ਜਿਹੀ ਕਢਾਈ ਸੀ, ਉਸ ਤੋਂ ਬਾਅਦ ਇੱਥੋਂ ਆੜੇ ਤੋਂ ਕੁਛ ਚੱਕਣਾ ਐਨ ਥੋੜ੍ਹਾ ਜਿਹਾ, ਉਸ ਤੋਂ ਬਾਅਦ ਦੂਜੀ ਲਾਈਨ ਇੱਥੋਂ ਹੀ ਚੱਕ ਲਓ, ਥੋੜ੍ਹਾ ਜਿਹਾ ਕਢਾਈ। ਆੜੇ ਦੀ ਆ ਮੂਹਰਲੀ ਡੰਡੀ ਹੈ, ਇਹਨੂੰ ਇਸੇ ਤਰ੍ਹਾਂ ਐਂਗਲਾਈ ਦੇ, ਉਸਨੂੰ ਐਂ ਘੁਮਾਉਣਾ ਉਂਗਲਾਂ ਨਾਲ, ਦੂਜੀ ਨੂੰ ਵੀ ਸਹੀ ਕਰ ਦੋ ਇਹਦੇ, ਲੱਗੂਗਾ
ਕੇ ਕਰਨੀ ਹੁੰਦੀ ਹਿੰਦੀ 'ਚ ਕਹਿੰਦੇ ਨੇ ਆਦਿ ਮਾਤਰਾ ਉਹੀ ਤਾਂ ਜੀ ਆਇਆ ਕੰਨੇ ਦੇ ਉੱਪਰ ਲੱਗੂਗੀ ਆਪਣੀ ਬਿੰਦੀ ਜੀ ਆਇਆ ਬਿੰਦੀ ਲਾਣੀ ਜੀ ਐਂ ਗੋਲ ਕਰਕੇ ਬਣਾਈ ਉਂਗਲਾਂ ਨਾਲ ਹੀ ਘੁਮਾਉਣਾ ਪਰ ਜੀ ਆਇਆ ਉਹਦੇ ਕਿ ਆਹ ਲਿਖਿਆ ਗਿਆ ਹੈ ਜੀ ਆਇਆ ਜੀ ਆਇਆ ਹੁਣ ਆਪਾਂ ਲਿਖਾਂਗੇ ਨੂੰ ਨੂੰ ਲਿਖਣ ਲਈ ਆਪਾਂ ਨੇ ਲੈਣੀ ਹੈ ਪਹਿਲਾਂ ਲਾਈਨ ਸਿੱਧੀ ਵਿੱਚ ਵਿੱਚ ਆ ਗਈ ਆਪਾਂ ਸਹੀ ਕਰ ਦਿਓ ਇੱਧਰੋਂ ਇਹਦਾ ਸਹੀ ਕਰ ਦਿਓ ਠੀਕ ਹੈ ਜੀ ਹੁਣ ਨੰਨੇ ਨੂੰ ਧਿਆਨ ਨਾਲ ਦੇਖੋ ਮਾੜਾ ਜਿਹਾ ਨੰਨਾ ਖਾਣਾ ਆਪਾਂ ਨੇ ਪੂਰਾ ਗੋਲ ਆਹ ਡੰਡੀ ਤੋਂ ਆਪਣੀ ਜਿਹੜੀ ਲਾਈਨ ਲਾਈ ਹੈ ਇੱਥੇ ਥੱਲੋਂ ਕੱਟਣਾ ਹੈ ਘੁਮਾਉਂਦੇ ਹੋਏ ਉਂਗਲਾਂ ਨਾਲ ਸਿਰਫ ਉਂਗਲਾਂ ਨਾਲ ਹੀ ਘੁਮਾਉਣਾ ਕੁਛ ਪਾਸੋਂ ਹੋ ਗਿਆ ਦੂਜੇ ਪਾਸੋਂ ਅਸੀਂ ਫਿਰ ਦੂਜੇ ਦੂਸਰੇ ਪਾਸੇ ਐਂ ਘੁਮਾ ਦੇਣਾ ਸਫਾਈ ਕਰ ਦੇਣੀ ਹੈ ਜੀ ਇੱਥੇ ਇਹਦਾ ਜੋੜ ਖੁੱਲ੍ਹਾ ਲੜਾਮੂ ਨੰਨੇ ਦਾ ਸਹੀ ਕਰ ਦਿਓ ਚੰਗੀ ਤਰ੍ਹਾਂ ਮੋਟੀ ਪਤਲੀ ਲੱਗਦੀ ਹੈ ਆਪਾਂ ਨੂੰ ਇਸ ਤੋਂ ਬਾਅਦ ਆਹ ਜਿਹੜਾ ਆਪਣਾ
ਵਿਚਾਲੇ ਜਮਾ ਮੁੰਡੇ ਦਾ ਮੂੰਹ ਆ ਜਾਣਾ ਖੁੱਲ੍ਹਾ ਖੁੱਲ੍ਹਾ, ਇਹਦੀ ਸੀਟ ਦੇ ਵਿੱਚ ਉੱਤੋਂ ਇਹ ਲੈਣ ਖਿੱਚ ਦੇਣੀ ਬਣ ਗਿਆ ਨੰਨਾ ਨੰਨੇ ਨੂੰ ਆਪਾਂ ਨੇ ਉੱਤੇ ਲਾਉਣੀ ਹੈ ਇਹਨੇ ਟਿੱਕੀ ਇੱਥੇ ਦੂਸਰੇ ਪਿਆ ਇਹਨੂੰ ਐਂ ਘੁਮਾ ਲਿਆ ਜ਼ਿਆਦਾ ਬੜੀ ਵੀ ਨਾ ਹੋਵੇ ਜ਼ਿਆਦਾ ਛੋਟੀ ਵੀ ਨਾ ਹੋਵੇ ਮੀਡੀਅਮ ਸਾਈਜ਼ 'ਚ ਟਿੱਕੀ ਲਓ ਬਣ ਗਈ ਟਿੱਕੀ ਹੁਣ ਇਹ ਪਾਣੀ ਥੱਲੇ ਲਾਉਣੇ ਆ ਸਿਲੰਡਰ ਦੋ ਹੁੰਦਾ ਉਪਰ ਇੱਕ ਹੁੰਦਾ ਸਿਲੰਡਰ ਆਪਣੇ ਦੋ ਲਾਉਣੇ ਆ ਬਣ ਗਿਆ ਪਹਿਲਾਂ ਤਾਂ ਆਪਣਾ ਔਂਕੜ ਠੀਕ ਹੈ ਜੀ ਇੱਥੇ ਥੱਲੇ ਆਪਾਂ ਇੱਕ ਹੋਰ ਬਣਾ ਦਾਂਗੇ ਆਹ ਬਣ ਜੂਗਾ ਆਪਣਾ ਬਲੈਂਕਾ ਭਾਈ ਨਾਲ ਥੋੜ੍ਹਾ ਜਿਹਾ ਇਹਦੇ ਪੁਆਇੰਟ ਸਿੱਧੀ ਕਰ ਲਓ ਤਾਂ ਕਿ ਸੋਹਣਾ ਲੱਗੇ ਲਓ ਆਹ ਲਿਖਿਆ ਗਿਆ ਆਪਣਾ ਜੀ ਆਇਆ ਨਾ ਇੱਕ ਵਾਰੀ ਹੋਰ ਦੇਖ ਲਓ ਆਹ ਲਿਖਿਆ ਗਿਆ ਆਪਣਾ ਜੀ ਆਇਆ ਜੀ ਆਇਆਂ ਨੂੰ ਦੇਖੋ ਜੀ ਕਿੰਨਾ ਸਾਫ਼ ਅਤੇ ਸੋਹਣਾ ਪੰਜਾਬੀ 'ਚ ਸੁੰਦਰ ਲਿਖਾਈ ਜੀ ਆਇਆਂ ਨੂੰ